ਜਿਨ੍ਹਾਂ ਦਾ ਏਡਾ ਵੱਡਾ ਤਪ, ਜਿਨ੍ਹਾਂ ਨੇ ਏਡੀ ਉੱਚੀ ਸੁੱਚੀ ਗੁਰੂ ਦੀ ਬਾਣੀ ਨੂੰ ਆਪਣੇ ਰਾਗਾਂ ਦੇ ਨਾਲ ਸਾਰੇ ਵਿਸ਼ਵ ਦੇ ਵਿੱਚ ਪਹੁੰਚਾਇਆ, ਅਸੀਂ ਉਹ ਤੁਹਾਨੂੰ ਖਤਮ ਨਹੀਂ ਦੇ ਸਕੇ, ਲੇਕਿਨ ਅਸੀਂ ਉਹਨਾਂ ਨੂੰ ਥਾਂ ਆਪਣੇ ਜੋ ਦਿਲਾਂ ਚ ਦਿੱਤੀ ਹੈ ਉਸ ਨੂੰ ਕਦੀ ਵੀ ਕੱਢਿਆ ਨਹੀਂ ਜਾ ਸਕਦਾ। ਉਹਨਾਂ ਦੇ ਉਚਾਰਨ ਕੀਤੇ ਗੁਰਬਾਣੀ ਦੇ ਸ਼ਬਦ ਔਰ ਉਹਨਾਂ ਵੱਲੋਂ ਉਚਾਰਨ ਕੀਤੀ ਹੋਈ ਆਰਤੀ ਜਿੰਨਾ ਚਿਰ ਸੁਰਗ ਤੇ ਜੰਗ ਰਹੇਗਾ ਉਹਨਾਂ ਚਿਰ ਉਹਨਾਂ ਦੀਆਂ ਯਾਦਾਂ ਸਦਾ ਹੀ ਸਾਡੇ ਦਿਲ ਵਿੱਚ ਰਹਿਣਗੀਆਂ। ਮੈਨੂੰ ਬਹੁਤ ਲੰਮਾ ਸਮਾਂ ਉਹਨਾਂ ਦੇ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ। ਅਕਸਰ ਸ੍ਰੀ ਭੈਣੀ ਸਾਹਿਬ ਵਿਖੇ ਭਾਈ ਨਿਰਮਲ ਸਿੰਘ ਖਾਲਸਾ ਜੀ ਆਉਂਦੇ ਆਪਣੇ ਰਾਗਾਂ ਦੇ ਨਾਲ, ਸਾਜ ਤੇ ਨਵਾਜ ਸਤਿਗੁਰੂ ਜਗਜੀਤ ਸਿੰਘ ਜੀ ਦੇ ਕੋਲ ਪਹੁੰਚਦੇ ਤੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਆਪਣਾ ਸੁਭਾਗ ਸਮਝਿਆ ਕਿ ਇਸ ਤਰ੍ਹਾਂ ਦੇ ਮਹਾਨ ਵਿਦਵਾਨ ਦੇ ਦਰਸ਼ਨ ਕਰਕੇ ਅਸੀਂ ਵੀ ਆਪਣੇ ਆਪ ਨੂੰ ਸੁਭਾਗਯ ਸਮਝਦੇ ਸੀ। ਲੇਕਿਨ ਅੱਜ ਜਦੋਂ ਅੰਤਲਾ ਸਮਾਂ ਆਇਆ ਤਾਂ ਏਡਾ ਦੁੱਖ ਹੋਇਆ ਕਿ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਜੋ ਕਿ ਸਿੱਖੀ ਦੀ ਧਰੋਹਰ ਨੇ, ਸਿੱਖੀ ਦੇ ਧੁਰੇ ਵਜੋਂ ਜਿਨ੍ਹਾਂ ਨੇ ਰਾਸ਼ਟਰਪਤੀ ਭਵਨ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਏਡਾ ਵੱਡਾ ਪ੍ਰਚਾਰ ਕੀਤਾ, ਅਸੀਂ ਉਹਨਾਂ ਨੂੰ ਤਿੰਨ ਗਾਜ ਥਾਲਾ ਦੇ ਪਾਏ। ਇਹ ਸਾਡੇ ਸਾਰਿਆਂ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਜਿਨ੍ਹਾਂ ਨੇ ਜੀਵਨ ਲਾ ਦਿੱਤਾ ਹੋਵੇ, ਅਸੀਂ ਸਿਰਫ ਬਿਮਾਰੀ ਤੋਂ ਡਰਦੇ ਹਾਂ, ਵਾਇਰਸ ਤੋਂ ਡਰਦੇ ਹਾਂ, ਉਹਨਾਂ ਨੂੰ ਥਾਂ ਨਹੀਂ ਦਿੱਤੀ। ਜਦੋਂ ਕਿ ਗੁਰਬਾਣੀ ਦੇ ਵਿੱਚ ਆਉਂਦਾ ਕਿ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡਿਆ ਆਸ। ਅੱਜ ਉਹਨਾਂ ਲੋਕਾਂ ਤੇ ਬਲਿਹਾਰੇ ਜਾਂਦੇ ਹਾਂ ਜਿਹੜੇ ਆਪਣਾ ਸਰੀਰ ਦਾਨ ਕਰ ਰਹੇ ਨੇ, ਆਪਣੇ ਆਪ ਦੇ ਉੱਤੇ ਆਪਣੇ ਟੈਸਟ ਕਰਵਾਉਣ ਦੇ ਲਈ ਆਪਣਾ ਸਰੀਰ ਦੇ ਰਹੇ ਨੇ। ਲੇਕਿਨ ਉਸ ਪਿੰਡ ਨੇ ਜਿੱਥੇ ਏਡਾ ਮਾਲ ਖੱਟਣਾ ਸੀ ਉੱਥੇ ਉਹਨਾਂ ਦੇ ਬਹੁਤ ਵੱਡਾ ਕਲੰਕ ਆਪਣੇ ਮੱਥੇ ਪਾ ਲਿਆ ਜਿਹੜਾ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਸਾਹਿਬਜ਼ਾਦਿਆਂ ਦੇ ਲਈ ਤਾਂ ਮੋਹਰਾਂ ਲਾ ਕੇ ਵੀ ਦੁਸ਼ਮਣਾਂ ਨੇ ਥਾਂ ਦੇ ਦਿੱਤੀ, ਲੇਕਿਨ ਪਦਮ ਸ਼੍ਰੀ ਦਾ ਸੰਸਕਾਰ ਸ਼ਾਮ ਲੜ ਥਾਂ ਦੇ ਉੱਤੇ ਕਰਨਾ ਸਾਡੇ ਮੱਥੇ ਤੋਂ ਵੱਡਾ ਕਲੰਕ ਲੱਗ ਗਿਆ। ਗਰੀਬਨਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਸਾਰੇ ਸਿੱਖਾਂ ਨੂੰ ਔਰ ਖਾਸ ਕਰਕੇ ਜੋ ਰਾਗ ਨੂੰ ਪਿਆਰ ਕਰਦੇ ਨੇ, ਜੋ ਗੁਰਬਾਣੀ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਬਲ ਬਖਸ਼ਣ ਦਾ ਮੌਕਾ ਦੇਣ ਸੱਚੇ ਪਾਤਸ਼ਾਹ। ਔਰ ਉਹਨਾਂ ਦੇ ਵੱਲੋਂ ਉਚਾਰਨ ਕੀਤੇ ਸਾਰੇ ਸ਼ਬਦ ਮੇਰੇ ਜ਼ਿਹਨ ਦੇ ਵਿੱਚ ਨੇ, ਲੇਕਿਨ ਜਿਹੜਾ ਉਹਨਾਂ ਨੇ ਆਰਤੀ ਦੇ ਰੂਪ ਦੇ ਵਿੱਚ ਗਗਨ ਮੈਂ ਥਾਲ